ਸਾਰਾ ਕੁਝ ਮੈਂ ਆਊਟ ਕਰ ਲਿਆ ਹੁਣ ਮੈਂ ਸੈੱਟ ਕਰਨਾ ਹੈ ਗਾਇਸ ਆਈ ਹੋਪ ਯੂ ਆਰ ਆਲ ਡੂਇੰਗ ਗ੍ਰੇਟ ਅੱਜ ਦਾ ਜਿਹੜਾ ਮੇਰਾ ਬਲੌਗ ਹੈ ਨਾ ਮੈਂ ਆਪਣੇ ਆਫਿਸ ਤੋਂ ਐਕਚੁਅਲੀ ਸਟਾਰਟ ਕਰ ਰਹੀ ਆ ਮੈਂ ਕਰ ਰਹੀ ਸੀ ਐਡਿਟ ਐਂਡ ਐਡੀਟਿੰਗ ਕਰਨੀ ਵੀ ਬਹੁਤ ਜ਼ਰੂਰੀ ਹੁੰਦੀ ਹੈ ਜੇ ਮੈਂ ਐਡਿਟ ਨਹੀਂ ਕਰੂੰਗੀ ਤੁਹਾਨੂੰ ਵੀਡੀਓਸ ਨਹੀਂ ਮਿਲੂਗੀਆਂ ਸੋ ਇੱਕ ਜਿਹੜੀ ਮੈਂ ਵੀਡੀਓ ਐਡਿਟ ਕਰੀ ਉਹ ਤਾਂ ਤੁਹਾਨੂੰ ਮਿਲ ਗਈ ਹੋਣੀ ਆ ਐਂਡ ਜੂਰ ਦੇਖਿਓ ਮੇਰੀ ਕਲੋਜ਼ਟ ਆਰਗੇਨਾਈਜੇਸ਼ਨ ਦੀ ਵੀਡੀਓ ਇਹਦੇ ਚ ਮੈਂ ਜਵੈਲਰੀ ਕਿਦਾਂ ਆਰਗੇਨਾਈਜ਼ ਕਰਦੀ ਆ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਸ਼ੇਅਰ ਕੀਤੀਆਂ ਸੀ ਹੁਣ ਮੈਂ ਆਪਣੇ ਘਰ ਦੀ ਕਲੀਨਿੰਗ ਸ਼ੁਰੂ ਕੀਤੀ ਹੈ ਕਿਉਂਕਿ ਸਮਰ ਆ ਗਿਆ ਅੱਜ ਮੈਂ ਆਪਣੀ ਜਿਹੜੀ ਇੰਡੀਅਨ ਹੈਗੀ ਆ ਮੇਰੀ ਕਲੋਜ਼ਟ ਮੈਂ ਸੈਪਰੇਟ ਬਣਾਈ ਹੋ ਉੱਥੇ ਮੇਰੇ ਸਾਰੇ ਸੂਟ ਲੈਂਗੇ ਸਾਰਾ ਕੁਝ ਹੁੰਦਾ ਹੁਣ ਉਹਨੂੰ ਮੈਂ ਆਰਗੇਨਾਈਜ਼ ਕਰੂੰਗੀ ਬਹੁਤ ਸਾਰਾ ਖਲਾਰਾ ਹੈ ਗਿਆ ਮੇਰੀ ਕਲੋਜ਼ਟ ਸਾਰਾ ਕੁਝ ਮੈਂ ਆਊਟ ਕਰ ਲਿਆ ਹੁਣ ਮੈਂ ਸੈੱਟ ਕਰਨਾ ਇਟਸ ਸੋ ਮਚ ਵਰਕ ਐਂਡ ਮੇਰੇ ਘਰ ਚ ਇੰਨਾ ਖਲਾਰਾ ਪਿਆ ਹੋਇਆ ਲਾਈਕ ਐਕਚੁਅਲੀ ਮੈਂ ਰੀਕਲਟਰ ਕਰ ਰਹੀ ਹਾਂ ਬਾਅਦ ਵਿੱਚ ਸਾਰਾ ਸੈੱਟ ਹੋ ਜਾਊਗਾ ਸੋ ਉਹ ਮੈਂ ਕਰਨੀ ਆ ਚਲੋ ਦੇਖਦੀ ਆ ਤੁਹਾਡੇ ਨਾਲ ਥੋੜੇ ਬਹੁਤੇ ਟਿਪਸ ਸ਼ੇਅਰ ਕਰੂੰਗੀ ਸੋ ਮੇਰੇ ਕੋਲ ਬਹੁਤ ਹੈਵੀ ਹੈਵੀ ਲਹਿੰਗੇ ਆ ਜਿਹੜੇ ਲਾਈਕ ਸੂਟ ਕੇਸ ਚ ਰੱਖ ਨਹੀਂ ਹੁਣੇ ਜੇ ਇੱਕ ਹੀ ਰੱਖਿਆ ਉਹਦੇ ਨਾਲ ਹੀ ਭਰ ਜਾਣਾ ਸੋ ਮੈਂ ਕੁਝ ਲਹਿੰਗੇ ਇੱਥੇ ਸੈੱਟ ਕੀਤੇ ਆ ਐਂਡ ਕੁਝ ਕੱਪੜੇ ਮੈਂ ਸੂਟ ਕੇਸ ਚ ਵੀ ਪੈਕ ਕਰ ਦਿੱਤੇ ਆ ਲਾਈਕ ਲਾਈਕ ਸੂਟਸ ਜਿਹੜੇ ਨਹੀਂ ਪਾਉਂਦੇ ਸਮ ਸੂਟਸ ਹੀਰ ਦੁਪੱਟਾਸ ਐਂਡ ਦਾ ਕੱਲੇ ਕੱਲੇ ਕਰਕੇ ਰੱਖਿਆ ਐਂਡ ਅਨਦਰ ਸੂਟਸ ਐਂਡ ਫਿਰ ਇੱਥੇ ਸਾਰੀਆਂ ਡ्रेसेस ਰੱਖੀਆਂ ਲਾਈਕ ਪਾਰਟੀ ਡ्रेसेस ਇਹਨਾਂ ਨੂੰ ਮੈਂ ਸੈਪਰੇਟ ਕਰ ਲਿਆ ਕਲੋਜ਼ਟ ਦੇ ਵਿੱਚ ਨਾ ਸਾਰਾ ਕੁਝ ਨਹੀਂ ਰੱਖ ਹੁੰਦਾ ਲਾਈਕ ਕਹ ਲਹੰਗੇ ਬਹੁਤ ਸਪੇਸ ਲੈ ਲੈਂਦੇ ਆ ਸੋ ਫਿਰ ਮੈਂ ਥੱਲੇ ਆਈ ਥਿੰਕ 4 5 ਸੂਟਕੇਸ ਬਣਾਇਆ ਉਹਨਾਂ ਵਿੱਚ ਸਾਰੇ ਸੂਟ ਆ ਛੋਟੇ ਜਿਹੜੇ ਲਹੰਗੇ ਆ ਇੰਨੇ ਫਲਫੀ ਨਹੀਂ ਉਹ ਮੈਂ ਸਾਰੇ ਪੈਕ ਕਰ ਦਿੱਤੇ ਆ ਐਂਡ ਇੱਥੇ ਸਾਈਡ ਤੇ ਕੁਝ ਪਰਸੇਸ ਮੇਰੀ ਅਨਦਰ ਕ੍ਰੌਜ਼ਟ ਦੇ ਵਿੱਚ ਪਿਆ ਆ ਮੈਂ ਆਈਕਿਆ ਤੋਂ ਦੇ ਆਸੀ ਇਹਨੂੰ ਤੁਸੀਂ ਇੱਧਰ ਰੌਡ ਦੇ ਉੱਪਰ ਲਗਾ ਸਕਦੇ ਆ ਇਹਦੇ ਚ ਇਦਾਂ ਕਯੂਬਸ ਬਣੇ ਹੋਏ ਆ ਤੇ ਇਹਦੇ ਚ ਮੈਂ ਸਾਰੇ ਆਪਣੇ ਪਰਸੇਸ ਰੱਖਿਆ ਤੇ ਏ ਜਸਟ ਅ ਫਿਊ ਪਰਸੇ ਦਾ ਜਿਹੜੇ ਮੈਂ ਕਦੀ ਕਦੀ ਯੂਜ਼ ਕਰਦੀ ਹਾਂ एवरीडे ਦੇ ਲਈ ਸੋ ਇਹਦੇ ਵਿੱਚ ਪਰਸ ਰੱਖ ਦਿੱਤੇ ਤੁਸੀਂ ਫੋਲਡ ਕਰਕੇ ਵੀ ਕੱਪੜੇ ਇਹਦੇ ਵਿੱਚ ਰੱਖ ਸਕਦੇ ਆ ਲਾਈਕ ਚੁੰਨੀਆਂ ਰੱਖ ਸਕਦੇ ਆ ਸੂਟ ਸਾਰੀਆਂ ਹਨਾ ਇਦਾਂ ਪੈਕ ਕਰਕੇ ਇਹਦੇ ਵਿੱਚ ਰੱਖ ਸਕਦੇ ਆ ਦਿਸ ਇਜ਼ ਰੀਅਲੀ ਗੁੱਡ ਆਰਗੇਨਾਈਜ਼ਰ ਐਂਡ ਟਾਪ ਤੇ ਮਾਈ ਵੈਡਿੰਗ ਐਲਬਮਸ ਗਾਇਜ਼ ਕਦੀ ਤੁਹਾਨੂੰ ਸ਼ੇਅਰ ਕਰੂੰਗੀ ਜੇ ਮੌਕਾ ਮਿਲਿਆ ਐਂਡ ਇੱਥੇ ਆ ਸਾਰਾ ਮੇਰਾ ਹੈਗਾ ਲਾਈਕ ਗਿਫਟ ਬਾਕਸਸ ਗਿਫਟ ਰੈਪ ਕਰਨ ਵਾਲਾ ਸਟਫ ਐਂਡ ਸਮ ਮੇਰੇ ਕੁਸ਼ਨਸ ਐਂਡ ਸਮ ਸਟਫ ਔਨ ਅ ਟਾਪ ਮੈਂ ਹਜੇ ਇੱਧੇ ਰੱਖਿਆ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿਉਂਕਿ ਮੈਂ ਟਾਇਰਡ ਹੋ ਚੁੱਕੀ ਆ ਐਂਡ ਸੋ ਫਾਰ ਇਦਾਂ ਇਹ ਆਰਗੇਨਾਈਜ਼ ਹੋ ਚੁੱਕੀ ਹੈ ਫਾਈਨਲੀ ਮੈਂ ਕਰ ਲਈ ਆਪਣੀ ਕਲੋਜ਼ਟ ਕਲੀਨ ਕਿਉਂਕਿ ਜਿਹੜੇ ਲਹਿੰਗੇ ਨਾ ਬਹੁਤ ਸਾਰੀ ਸਪੇਸ ਲੈ ਲੈਂਦੇ ਆ ਜੇ ਸੂਟਕੇਸ ਚ ਪਾਵਾਂ ਤਾਂ ਇੱਕ ਪੂਰਾ ਸੂਟਕੇਸ ਭਰ ਜਾਂਦਾ ਸੋ ਐਨੀਵੇ ਕੁਝ ਮੈਂ ਬਾਹਰ ਰੱਖ ਦਿੱਤੇ ਆ ਕੁਝ ਪੈਕ ਕਰ ਦਿੱਤੇ ਆ ਚਾਰ ਪੰਜ ਸੂਟਕੇਸ ਤਾਂ ਮੈਂ ਭਰ ਦਿੱਤੇ ਕੱਪੜਿਆਂ ਦੇ ਨਾਲ ਹਨਾ ਬਹੁਤ ਸਾਰੇ ਇੰਡੀਅਨ ਸੂਟ ਕੱਪੜੇ ਹੋ ਜਾਂਦੇ ਆ ਐਂਡ ਡ्रेसेस ਹਜੇ ਮੈਂ ਥੋੜੀਆਂ ਬਾਹਰ ਰੱਖੀਆਂ ਜਿਹੜੀਆਂ ਹੌਣ-ਹੌਣ ਪਾਣੀਆਂ ਬਾਕੀ ਸਾਰੀਆਂ ਪੈਕ ਕਰਤੀਆਂ ਐਂਡ ਮੈਂ ਆਪਣੀ ਕਲੋਜ਼ਟ ਵੀ ਕੀਤੀ ਸੀ ਕਲੀਨ ਉਹ ਵੀ ਦੇਖਿਓ ਜਿਹਦੇ ਵਿੱਚ ਮੇਰੇ ਨਾਰਮਲ ਕੱਪੜੇ ਹੁੰਦੇ ਆ ਰਾਈਟ ਇਹ ਸੀ ਮੇਰੀ ਇੰਡੀਅਨ ਐਂਡ ਹੁਣ ਇਹ ਹੋ ਗਿਆ ਡਨ ਮੈਂ ਆਪਣੇ ਘਰ ਦੇ ਵਿੱਚ 4-5 ਦਾ ਕਲੋਜ਼ੇਟਸ ਕਲੀਨ ਕਰ ਲਈਆਂ ਮੈਂ ਤੁਹਾਨੂੰ ਦਿਖਾਨੀ ਕਿਹੜੀਆਂ-ਕਿਹੜੀਆਂ ਕੀਤੀਆਂ ਐ ਐਂਡ ਸਾਰੀਆਂ ਨੇ ਵੀਡੀਓਜ਼ ਵੀ ਬਣਾਈਆਂ ਉਹ ਵੀ ਚੈੱਕ ਕਰ ਲਿਓ ਆਰਗੇਨਾਈਜੇਸ਼ਨ ਦੇ ਆਈਡੀਆ ਸਾਨੂੰ ਮਿਲ ਜੂਗੇ ਐਕਚੁਅਲੀ ਐਂਡ ਹੋਰ ਮੈਂ ਲਾਈਕ ਕੁਕਿੰਗ ਵੀ ਕਰਨੀ ਬਹੁਤ ਸਾਰੇ ਕੰਮ ਕਰ ਲਿਆ ਸੋ ਪਹਿਲਾਂ ਮੈਂ ਤੁਹਾਨੂੰ ਕੁਇਕਲੀ ਦਿਖਾ ਦਾਂ ਆਪਣੀਆਂ ਕਲੋਜ਼ੇਟਸ ਜਿਹੜੀਆਂ ਮੈਂ ਹੋਰ ਕਲੀਨ ਕੀਤੀਆਂ ਗੈਸਟਰੂਮ ਦੀਆ ਸੋ ਇੱਥੇ ਮੈਂ ਆਪਣੇ ਹਵੀ ਦੇ ਸਾਰੇ ਕੱਪੜੇ ਰੱਖ ਦੀਆਂ ਇਹ ਵੀ ਸਾਰਾ ਕੁਝ ਮੈਂ ਕੱਢ ਕੇ ਡੀਕਲਟਰ ਕੀਤਾ ਉਹਨਾਂ ਦੇ ਸਾਰੇ ਕੱਪੜੇ ਬੈਕ ਰੱਖੇ ਐਂਡ ਓਵਰ ਲਾਈਕ ਅ ਬਲੈਂਕਟਸ ਇਹ ਵੀ ਬਹੁਤ ਹੋ ਗਿਆ ਮੇਰੇ ਕੋਲ ਲਾਈਕ ਕਰ ਦੇ ਵਿੱਚ ਰਾਈਟ ਸੋ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਨਾਈਸ ਕਲੀਨ ਐਂਡ ਆਰਗੇਨਾਈਜ਼ਡ ਕਲੋਜ਼ਟ ਆ ਇਹ ਵੀ ਮੈਂ ਕਲੀਨ ਕੀਤੀ ਸੀ ਇਹਦੇ 'ਚ ਇੰਨਾ ਜ਼ਿਆਦਾ ਕੰਮ ਨਹੀਂ ਕਰਨਾ ਪੈਂਦਾ ਬਹੁਤ ਵਧੀਆ ਇਹ ਆਰਗੇਨਾਈਜ਼ਡ ਹੀ ਰਹਿੰਦੀ ਹੈ ਕਿਉਂਕਿ ਮੇਰੇ ਹਵੀ ਦੀ ਆ ਐਂਡ ਹਿਅਰ ਮਾਈ ਕਲੋਜ਼ਟ ਇਹ ਵੀ ਮੈਂ ਤੁਹਾਨੂੰ ਸ਼ੇਅਰ ਕੀਤੀ ਸੀ ਇਹ ਵੀ ਨਾਈਸਲੀ ਕਲੀਨ ਐਂਡ ਆਰਗੇਨਾਈਜ਼ਡ ਹੋ ਚੁੱਕੀ ਆ ਸੋ ਕਲੋਜ਼ਟਸ ਹੋ ਚੁੱਕੀਆਂ ਆ ਆਰਗੇਨਾਈਜ਼ਡ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀਆਂ ਮੇਰੇ ਬੱਚੇ ਦੀਆਂ ਸੀ ਉਹ ਵੀ ਮੈਂ ਤੁਹਾਨੂੰ ਸ਼ੇਅਰ ਕੀਤੀਆਂ ਸੀ ਗੈਸਟ ਰੂਮ ਦੀ ਵੀ ਹੋ ਗਈ ਆ ਸਾਰੀਆਂ ਕਲੋਜ਼ਟਸ ਡਨ ਹੋਣ ਮੇਰਾ ਰਹਿਣ ਦਾ ਲਈ ਕਿਚਨ ਪੈਂਟਰੀ ਐਂਡ ਲਿਨਨ ਲੈਸ ਸੀਓ ਕਦੋਂ ਹੁੰਦਾ ਚਲੋ ਹੁਣ ਚੱਲਦੇ ਆ ਥੱਲੇ ਐਂਡ ਮੈਂ ਕੁਕਿੰਗ ਕਰਨੀ ਆ ਨਾ ਕਿ ਓਕੇ ਗਾਇਜ਼ ਫਾਈਨਲੀ ਮੈਂ ਆਪਣੀ ਕਲੋਜ਼ੇਟ ਵੀ ਕਰ ਲਈ ਆ ਕਲੀਨ ਐਂਡ ਉਸ ਤੋਂ ਪਹਿਲਾਂ ਮੈਂ ਦੋ ਤਿੰਨ ਕਲੋਜ਼ੇਟਸ ਕਲੀਨ ਕੀਤੀਆਂ ਸੀ ਘਰ ਦੀ ਐਂਡ ਕਿਚਨ ਦੀ ਪੂਰੀ ਕਲੀਨਿੰਗ ਦੀ ਵੀਡੀਓ ਮੈਂ ਤੁਹਾਨੂੰ ਸ਼ੇਅਰ ਕੀਤੀ ਸੀ ਜਰੂਰ ਚੈੱਕ ਕਰੇ ਮੋਟੀਵੇਸ਼ਨਲ ਵੀਡੀਓ ਆ ਤੁਸੀਂ ਮੈਂ ਦੱਸੇ ਕਲੋਜ਼ੇਟ ਆਰਗੇਨਾਈਜੇਸ਼ਨ ਦੇ ਟਿਪਸ ਐਂਡ ਟ੍ਰਿਕਸ ਕਿਦਾਂ ਲੱਗੇ ਤੁਹਾਨੂੰ ਇਦਾਂ ਤੁਸੀਂ ਆਪਣੀ ਜੁਐਲਰੀ ਆਰਗੇਨਾਈਜ਼ ਕਰ ਸਕਦੇ ਹੋ ਸੋ ਹੁਣ ਮੈਂ ਕੁਕਿੰਗ ਕਰ ਰਹੀ ਆ ਕੁਕਿੰਗ ਦੇ ਵਿੱਚ ਅੱਜ ਮੈਂ ਬਣਾ ਰਹੀ ਆ ਦਾਲ ਮਸਰਾਂ ਦੀ ਦਾਲ ਐਂਡ ਬੱਚਾ ਨੇ ਬਣਾਉਂਗੀ ਪਾਸਤਾ ਤੋ ਚਲੋ ਦਾਲ ਤਾਂ ਮੈਂ ਆਲਰੇਡੀ ਰੱਖ ਦਿੱਤੀ ਹੈ ਪ੍ਰੈਸ਼ਰ ਕੁੱਕਰ ਦੇ ਵਿੱਚ ਮੈਂ ਜਸਟ ਰੋਟੀ ਬਣਾਣੀ ਆ ਤੇ ਬੱਚਿਆਂ ਲਈ ਪਾਸਤਾ ਬਣਾ ਦਿੰਦੀ ਹਾਂ ਜਲਦੀ ਜਲਦੀ ਪਾਸਤਾ ਵੀ ਬਣ ਗਿਆ ਗਾਇਜ਼ ਐਂਡ ਹੁਣ ਮੈਂ ਜਸਟ ਰੋਟੀ ਬਣਾਣੀ ਆ ਹੁਣ ਮੈਂ ਥੱਕ ਚੁੱਕੀ ਆ ਨਾ ਕਿ ਮੈਂ ਆਈ ਸੀ ਥੱਲੇ ਮੈਂ ਕਿਹਾ ਚਲੋ ਹੁਣ ਕਰਦੇ ਆ ਕੁਕਿੰਗ ਐਕਚੁਅਲੀ ਡਿਨਰ ਬਣਾ ਰਹੀ ਐ ਸੋ ਹੁਣ ਮੈਂ ਬਸ ਰੋਟੀ ਬਣਾਣੀ ਆ ਜਾਂ ਕਿਚਨ ਕਲੀਨਿੰਗ ਕਰਨੀ ਆ ਆਪਣੀ ਜਲ ਹੁਣ ਬਣਾਉਂਦੇ ਆ ਡਿਨਰ ਡਿਨਰ ਦੇ ਵਿੱਚ ਰੋਟੀ ਐਂਡ ਦਾਲ ਐਕਸਾਈਟ ਤੇ ਬਣ ਰਹੀ ਆ ਤੜਕਾ ਲਗਾ ਕੇ ਹੀ ਮੈਂ ਪ੍ਰੈਸ਼ਰ ਕੁੱਕਰ ਦੇ ਵਿੱਚ ਬਣਾ ਰਹੀ ਆ ਬਹੁਤ ਈਜ਼ੀ ਬਣ ਜਾਂਦੀ ਆ ਐਂਡ ਇਹ ਪ੍ਰੈਸ਼ਰ ਕੁੱਕਰ ਨੂੰ ਕਿਦਾਂ ਯੂਜ਼ ਕਰਨਾ ਬਹੁਤ ਸਾਰੀਆਂ ਵੀਡੀਓਜ਼ ਮੈਂ ਬਣਾਈਆਂ ਚੈੱਕ ਕਰ ਲਿਓ ਐਂਡ ਬਸ ਹੁਣ ਰੋਟੀ ਬਣਾਉਂਗੀ ਸੋ ਮੈਂ ਥੈਂਕ ਯੂ ਕਰਨਾ ਚਾਹੁੰਦੀ ਹਾਂ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਹੁਣ ਆਪਾਂ ਵੌਨਕੇ ਦੀ ਫੈਮਿਲੀ ਬਣ ਗਏ ਆ ਥੈਂਕ ਯੂ ਦਿਲ ਤੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਸ ਇੰਦਾ ਹੀ ਪਿਆਰ ਕਰਦੇ ਰਹੋ ਐਂਡ ਕਮੈਂਟ ਕਰਕੇ ਦੱਸਿਓ ਕਿਹੜੀ ਵੀਡੀਓ ਤੁਸੀਂ ਨੈਕਸਟ ਦੇਖਣਾ ਚਾਹੁੰਦੇ ਆਂ ਐਂਡ ਇੱਕ ਬਹੁਤ ਰਿਕੁਐਸਟਡ ਵੀਡੀਓ ਮੇਰੇ ਚੈਨਲ ਤੇ ਉਹ ਵੀ ਮੈਂ ਜਲਦੀ ਲੈ ਕੇ ਆਉਂਗੀ ਐਂਡ ਉਹਦੇ 'ਚ ਤੁਹਾਡਾ ਥੈਂਕ ਯੂ ਹੋਗਾ ਸਾਰਿਆਂ ਦਾ ਐਂਡ ਇੱਕ ਮੈਂ ਸੋਚ ਰਹੀ ਆਂ ਨਾ ਕਿਊ ਐਨ ਏ ਵੀਡੀਓ ਬਣਾਵਾਂ ਜੇ ਤੁਹਾਡੇ ਕੋਲ ਕੋਈ ਵੀ ਕੁਐਸਚਨ ਆ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਆਂ ਐਂਡ ਪਹਿਲਾਂ ਤਾਂ ਮੈਨੂੰ ਦੱਸਿਓ ਕਿ ਮੈਂ ਵੀਡੀਓ ਬਣਾਵਾਂ ਕਿਊ ਐਨ ਏ ਦੀ एंड आई नो थोड़े को बहुत सारे क्वेश्चन होने अबाउट मी सो दस्यो जे तुम देखना चाहते इदाओ एंड अपमिंग भीडियो के फिर मैं क्यों इन वीडियो लैके आऊँगी एंड फिर तुम अपने कमेंट्स भी टाइप करो सो बहुत जल्दी मैं पोस्ट अपलोड करूँगी फिर उत्ते अपने सारे कमेंट्स टाइप करके अपने क्वेश्चन पूछ सकते हैं हम मैं थोड़े जि कमेंट्स कवर कर ली एंड क्लीनिंग विडियो मैं अपलोड की आई थिंक रीसेंट टू थ्री वीडियोज़ बैक ਐਂਡ ਉਹਦੇ ਵਿੱਚ ਬਹੁਤ ਸਾਰੇ ਕਮੈਂਟਸ ਆਇਆ ਪਹਿਲਾਂ ਤਾਂ ਮੈਂ ਜੋ ਵੀ ਚੀਜ਼ ਯੂਜ਼ ਕਰਦੀ ਆ ਹਮੇਸ਼ਾ ਤੁਹਾਨੂੰ ਸ਼ੇਅਰ ਕਰਦੀ ਆ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਨਾ ਦੇਖ ਲਿਆ ਕਰੋ ਉਹਦੇ ਵਿੱਚ ਮੈਂ ਪਿਕਚਰ ਵੀ ਸ਼ੇਅਰ ਕਰ ਦਿੰਦੀ ਆ ਜੋ ਵੀ ਮੈਂ ਯੂਜ਼ ਕਰਦੀ ਆ ਬਟ ਫੇਰ ਸਟਿਲ ਸੇਮ ਕਮੈਂਟਸ ਆ ਜਾਂਦੇ ਆ ਕਿ ਮੈਂ ਕੀ ਯੂਜ਼ ਕਰ ਰਹੀ ਆ ਚਲੋ ਐਨੀਵੇ ਐਂਡ ਉਹ ਵੀਡੀਓ ਨੂੰ ਧਿਆਨ ਦੇ ਨਾਲ ਦੇਖ ਲਿਓ ਐਂਡ ਕੋਈ ਵੀ ਸਪான்ਸਰ ਨਹੀਂ ਹੁੰਦੀ ਚੀਜ਼ ਜੋ ਮੈਂ ਯੂਜ਼ ਕਰਦੀ ਆ ਤੁਸੀਂ ਪੁੱਛਦੇ ਰਹਿੰਦੇ ਹੋ ਫਿਰ ਮੈਂ ਸ਼ੇਅਰ ਕਰ ਦਿੰਨੀ ਆ ਬਟ ਸੇਮ ਕੁਐਸਚਨ ਨਾ ਪੁੱਛਿਆ ਕਰੋ ਪਲੀਜ਼ ਐਂਡ ਇੱਕ ਅਮਰ ਜੀ ਜੀ ਤੁਸੀਂ ਪੁੱਛਿਆ ਸੀ ਕਿ ਜਿਹੜਾ ਸਟੇਨਲੈਸ ਸਟੀਲ ਕਲੀਨਰ ਮੈਂ ਯੂਜ਼ ਕਰਦੀ ਆ ਉਹ ਮੈਂ ਚਿਮਨੀ ਦੇ ਹੁੱਡ ਨੂੰ ਆਈ ਥਿੰਕ ਇਨਸਾਈਡ ਤੋਂ ਕਲੀਨ ਕਰਨ ਲਈ ਵੀ ਯੂਜ਼ ਕਰਦੀ ਆ ਨੋ ਇਨਸਾਈਡ ਕਲੀਨ ਕਰਨ ਲਈ ਮੈਂ ਪਾਵਰ ਵਾਸ਼ ਯੂਜ਼ ਕਰਦੀ ਕਿਉਂਕਿ ਉੱਥੇ ਬਹੁਤ ਸਾਰੀ ਗਰੀਸ ਹੁੰਦੀ ਆ ਐਂਡ ਜਿਹੜੀ ਮੇਰੀ ਚਿਮਨੀ ਆ ਉਹ ਸਟੇਨਲੈਸ ਸਟੀਲ ਦੀ ਆ ਐਂਡ ਉਹਨੂੰ ਰਸਟ ਨਹੀਂ ਲੱਗਦਾ ਇਸ ਕਰਕੇ ਮੈਂ ਉਹਨੂੰ ਯੂਜ਼ ਕਰਦੀ ਆ ਜੇ ਤੁਹਾਡੀ ਮੈਟਲ ਦੀ ਆ ਤਾਂ ਤੁਸੀਂ ਸਿੰਪਲੀ ਟਿਸ਼ੂ ਪੇਪਰ ਦੇ ਨਾਲ ਉਹਨੂੰ ਕਲੀਨ ਕਰ ਸਕਦੇ ਆ ਐਕਸੈਸ ਨੂੰ ਜਿੰਨਾ ਵੀ ਆਇਲ ਹੁੰਦਾ ਆ ਐਂਡ ਸਟੇਨਲੈਸ ਸਟੀਲ ਦੇ ਜਿੰਨੇ ਵੀ ਅਪਲਾਈਂਸਸ ਹੁੰਦੇ ਆ ਉਹਨਾਂ ਨੂੰ ਬਾਹਰੋਂ ਸ਼ਾਈਨ ਕਰਨ ਲਈ ਮੈਂ ਸਟੇਨਲੈਸ ਸਟੀਲ ਦਾ ਜਿਹੜਾ ਕਲੀਨਰ ਆ ਉਹਨੂੰ ਯੂਜ਼ ਕਰਦੀ ਆ ਹੋਪ ਦੇ ਸਾਥ ਐਂਡ ਸਟੋਬ ਨੂੰ ਕਲੀਨ ਕਰਨ ਲਈ ਮੈਂ ਆਲਰੇਡੀ ਕਿਟ ਤੁਹਾਨੂੰ ਸ਼ੇਅਰ ਕਰ ਦਿੱਤੀ ਸੀ ਬੇਮਨ ਦੇ ਪ੍ਰੋਡਕਟਸ ਆ ਗਿਆ ਕਰੀਮ ਐਂਡ ਪਲੀਜ਼ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲਿਆ ਕਰੋ ਉਹਦੇ ਵਿੱਚ ਹਰ ਇੱਕ ਪ੍ਰੋਡਕਟ ਜਿਹੜਾ ਸ਼ੇਅਰ ਕੀਤਾ ਹੁੰਦਾ ਮੈਂ ਤੁਹਾਨੂੰ ਸ਼ੇਅਰ ਕਰ ਦਿੰਦੀ ਆ ਲਾਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਆਈਡੀਆਜ਼ ਦਿੱਤੇ ਸੀ ਕਿ ਕਿੱਦਾਂ ਤੁਸੀਂ ਆਪਣਾ ਕਾਫੀ ਸਟੈਂਡ ਸੈੱਟ ਕਰ ਸਕਦੇ ਮੈਂ ਬਹੁਤ ਸਾਰੇ ਆਈਡੀਆਜ਼ ਦਿੱਤੇ ਸੀ ਹੋਮ ਡੈਕੋਰ ਦੇ ਸੋ ਇਟ ਡਨ ਹੋ ਗਿਆ ਔਰ ਲਸੀ ਕੇ ਕੌਣ ਆਇਆ ਡੋਰ ਤੇ ਓਕੇ ਗਾਇਜ਼ ਆਈ ਜਸਟ ਰੀਸੀਵਡ ਮਾਈ ਸਿਫੋਰਾ ਪੈਕੇਜ ਮੈਂ ਤੁਹਾਨੂੰ ਸ਼ੇਅਰ ਕਰਦੀ ਆ ਆਪਣਾ ਸ਼ਾਪਿੰਗ ਹੌਲ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਮਿਲਿਆ ਸੈਂਪਲ ਮੈਨੂੰ ਇਹ ਕਲੈਕਟ ਕਰਨੇ ਬਹੁਤ ਵਧੀਆ ਲੱਗਦੇ ਆ ਇਹ ਪਰਫਿਊਮ ਹੁੰਦੇ ਆ ਜਦੋਂ ਮੈਂ ਟਰੈਵਲ ਕਰਦੀ ਆ ਤਾਂ ਮੈਂ ਛੋਟੀਆਂ ਇਹ ਬੋਟਲ ਹੀ ਕੈਰੀ ਕਰਦੀ ਆ ਇਨਸਟੈਡ ਆਫ ਵੱਡੀਆਂ ਵੱਡੀਆਂ ਨੂੰ ਲੈ ਕੇ ਜਾਣਾ ਵੇਟ ਤੁਸੀਂ ਵੀ ਇਹਦਾ ਕਲੈਕਟ ਕਰ ਸਕਦੇ ਆ ਨੈਕਸਟ ਮੈਨੂੰ ਸੈਂਪਲ ਮਿਲ ਲਿਆ ਆ ਇਹ ਹੈਗਾ ਮੇਕਅਪ ਆਫ ਮਾਰੀਓ ਦਾ ਕੰਸੀਲਰ ਦਾ ਸੈਂਪਲ ਐਂਡ ਇਹਨਾਂ ਦੇ ਵਿੱਚ ਇੰਨਾ ਹੁੰਦਾ ਤਾਂ ਨਹੀਂ ਆ ਬਟ ਤੁਹਾਨੂੰ ਸ਼ੇਡਸ ਪਤਾ ਲੱਗ ਜਾਂਦੇ ਆ ਰਾਈਟ ਸੋ ਥੋੜੇ ਜਿਹਾ ਇਹਦੇ ਵਿੱਚ ਹੁੰਦੇ ਆ ਲਾਈਕ 1 অর 2 ਡ੍ਰੌਪਸ ਪਾਏ ਹੁੰਦੇ ਆ ਇਹਨਾਂ ਨੇ ਸੋ ਇਹ ਸਾਰੇ ਹੈਗੇ ਆ ਕੰਸੀਲਰਸ ਐਂਡ ਇੰਦਾ ਤੁਸੀਂ ਉਹਨਾਂ ਤੋਂ ਸੈਂਪਲਸ ਮਗਾ ਸਕਦੇ ਆ ਫਾਊਂਡੇਸ਼ਨ ਦੇ ਵੀ ਤੇ ਤੁਹਾਨੂੰ ਭੇਜ ਦਿੰਦੇ ਆ ਸੋ ਐਨੀਵੇ ਨੈਕਸਟ ਕਰੀਮ ਮਗਾਈ ਆ ਮੇਰੀ ਡਾਟਰ ਦੀ ਆ ਕੋਕੋਨਟ ਵਾਟਰ ਕਰੀਮ ਫਰਸਟ ਟੂ ਬੀ ਵੀ ਐਂਡ ਇਹਦੀ ਹੀ ਸਾਰੇ 스ਕਿਨ ਕੇਅਰ ਮੈਂ ਯੂਜ਼ ਕਰ ਦਿਆਂ ਇਹ ਆਇਲੀ ਸਕਿਨ ਲਈ ਆ and uh, next as he order kita born this way so this is two faced uh, foundation natural beige e mera shade ha. so ida concealer ta main use kita foundation first time use karna la see kitta ida hoga and uh, next eh uh, hai ga rare beauty da blush so let's see eh kida honda eh hai ga shade hope rare beauty blush da eh hai ga shade hope so idde ch thode je shimmer aa ਐਂਡ ਇਟ ਲੁੱਕ ਗੁੱਡ ਸੋ ਆ ਤੁਸੀਂ ਸ਼ੇਡ ਦੇਖ ਸਕਦੇ ਆ ਸੋ ਜਦੋਂ ਟਰਾਈ ਕਰੂੰਗੀ ਫਿਰ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਐਕਚੁਅਲੀ ਇਹ ਲੱਗਦਾ ਕਿ ਦਾ ਸੋ ਨੈਕਸਟ ਮੈਂ ਆਰਡਰ ਕੀਤਾ ਹੈ ਕਿਟ ਇਹਦੇ ਵਿੱਚ ਇੱਕ ਹੈਗੀ ਆ ਬਾਡੀ ਮਿਸਟ ਐਂਡ ਇੱਕ ਹੈਗੀ ਆ ਹੈਂਡ ਕਰੀਮ ਐਂਡ ਲੋਸ਼ਨ অর ਸ਼ਾਵਰ ਜੈਲ ਮੈਨੂੰ ਇਹਦੀ ਫ੍ਰੈਗਰੈਂਸ ਬਹੁਤ ਸੋਹਣੀ ਲੱਗਦੀ ਹੈ ਇਹਦੇ ਵਿੱਚ ਕਿੰਨੇ ਆਉਂਦੇ ਆ ਸੋ ਇਹ ਸਾਰਾ ਕੁਝ ਮੈਂ ਮੰਗਵਾਇਆ ਸਿਫੋਰਾ ਤੋਂ ਐਕਚੁਅਲੀ ਮੈਂ ਸਿਫੋਰਾ ਚ ਗਈ ਵੀ ਸੀ ਉੱਥੇ ਮੈਨੂੰ ਮਿਲਿਆ ਨਹੀਂ ਫਿਰ ਮੈਂ ਆਨਲਾਈਨ ਚੀਜ਼ਾਂ ਬਹੁਤ ਸਾਰੀਆਂ ਆਰਡਰ ਕਰ ਦਿੱਤੀਆਂ ਸੀਗੀਆਂ ਹੁਣ ਮੈਂ ਆਪਣੀ ਕਿਚਨ ਨੂੰ ਕਲੀਨ ਕਰੂੰਗੀ ਐਂਡ ਆਪਣਾ ਨਾਈਟ ਕਿਚਨ ਕਲੀਨਿੰਗ ਰੁਟੀਨ ਡਨ ਕਰੂੰਗੀ ਜਦੋਂ ਮੈਂ ਰੋਟੀ ਬਣਾਉਣੀ ਹੈ ਬਹੁਤ ਸਾਰਾ ਆਟਾ ਹੋ ਜਾਂਦਾ ਸਭ ਨਾਲ ਪਹਿਲਾਂ ਮੈਂ ਆਟੇ ਨੂੰ ਕਲੈਕਟ ਕਰੂੰਗੀ ਚੰਗੀ ਤਰ੍ਹਾਂ ਐਂਡ ਫਿਰ ਮੈਂ ਆਪਣੀਆਂ ਕਾਉਂਟਰਟੌਪਸ ਨੂੰ ਕਲੀਨ ਕਰਕੇ ਆਪਣੇ ਬਰਤਨ ਲਾਈਕ ਕਲੀਨ ਕਰੂੰਗੀ ਡਿਸ਼ਵਾਸ਼ਰ ਛੇੜੇ ਹੱਥ ਨਾਲ ਧੌਣ ਵਾਲੇ ਉਹਨਾਂ ਨੂੰ ਹੱਥ ਨਾਲ ਧਵਾਉਂਗੀ ਸੋ ਹੁਣ 20 25 ਮਿੰਟਸ ਧਵਾਉਂਗੀ ਆਪਣਾ ਨਾਈਟ ਕਿਚਨ ਕਲੀਨਿੰਗ ਰੁਟੀਨ ਨੂੰ ਸੋ होप ਕਰਦੀ ਆ ਗਾਇਸ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਗੀ ਐਂਡ ਮੈਂ ਤੁਹਾਡਾ ਥੈਂਕ ਯੂ ਕਰਨਾ ਚਾਹੁੰਦੀ ਆ ਦਿਲ ਤੋਂ ਆਪਾਂ ਹੁਣ ਹੋ ਗਏ ਆ 1k ਦੀ ਫੈਮਿਲੀ ਗਾਇਸ ਥੈਂਕ ਯੂ so much ਦਿਲ ਤੋਂ ਤੁਸੀਂ ਮੈਨੂੰ ਇਨੀ سپورਟ ਕੀਤੀ ਆ ਬਸ ਇਦਾਂ ਹੀ سپورਟ ਕਰਦੇ ਰਹੋ ਐਂਡ 1k ਸਪੈਸ਼ਲ ਮੈਂ ਤੁਹਾਡੀ ਰਿਕਵੈਸਟਡ ਵੀਡੀਓ ਸ਼ੇਅਰ ਕਰੂਗੀ ਬਹੁਤ ਜਲਦੀ ਜਿਹੜੀ ਮੇਰੇ ਚੈਨਲ ਤੇ ਬਹੁਤ ਹੀ ਜ਼ਿਆਦਾ ਰਿਕਵੈਸਟਡ ਸੀ ਆ ਕਿਚਨ ਟੂਲ ਸੋ ਬਹੁਤ ਜਲਦੀ ਦਉਂਗੀ ਐਂਡ ਸਟੇ ਟਿਨ ਰਿਓ ਐਂਡ ਵਾਂਸ ਅਗੇਨ ਥੈਂਕ ਯੂ ਸੋ ਮਾਚ ਫॉर ਵਨ ਕੇਕ ਸੋ ਸਾਰਾ ਕੁਝ ਮੈਂ ਆਊਟ ਕਰ ਲਿਆ ਹੁਣ ਮੈਂ ਸੈਟ ਕਰਨਾ ਹੈ